ਤੇ ਮੁਰ ਤੋਂ ਸਿਆਸੀ ਗਲਿਆਰਾਂ ਤੋਂ ਖਬਰ ਹੈ ਜਿੱਥੇ ਕਾਂਗਰਸ ਆਈ ਕਮਾਨ ਨੇ ਸੀਨੀਅਰ ਨੇਤਾ ਵੀਰ ਦਵਿੰਦਰ ਸਿੰਘ ਨੂੰ ਪਾਰਟੀ ਵਿੱਚੋਂ ਮੁਅਤਲ ਕਰ ਦਿੱਤਾ ਹੈ ਤੇ ਨਾਲ ਹੀ ਵੀਰ ਦਵਿੰਦਰ ਸਿੰਘ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ ਵੀਰ ਦਵਿੰਦਰ ਸਿੰਘ ਨੂੰ ਇਹ ਨੋਟਿਸ ਕੈਪਟਨ ਅਮਰਿੰਦਰ ਸਿੰਘ ਦੀ ਵਿਰੋਧਤਾ ਤੋਂ ਬਾਅਦ ਜਾਰੀ ਕੀਤਾ ਗਿਆ ਹੈ ਦਰਸਲ ਬੀਤੇ ਦਿਨ ਵੀਰ ਦਵਿੰਦਰ ਸਿੰਘ ਨੇ ਕਾਂਗਰਸ ਮੀਡੀਆ ਵਿੰਗ ਦੀ ਜ਼ਿੰਮੇਵਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਅਸਤੀਫੇ ਦੇ ਨਾਲ ਹੀ ਉਹਨਾਂ ਕੈਪਟਨ ਤੇ ਕਸਵਾ ਨਿਸ਼ਾਨਾ ਸਾਧਿਆ ਸੀ ਕਿ ਅਮ੍ਰਿਤਸਰ ਇੰਪਰੂਵਮੈਂਟ ٹرسٹ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਇਹ ਤੇ ਵੀ ਦੱਸਣਾ ਬੰਦਾ ਹੈ ਕਿ ਪਟਿਆਲਾ ਦੇ ਹਲਕਾ ਕਨੌਰ ਤੋਂ ਟਿਕਟ ਦੇ ਦਾਅਵੇਦਾਰ ਵੀਰ ਦਵਿੰਦਰ ਸਿੰਘ ਕੈਪਟਨ ਦੇ ਕੰਮ ਕਰਨ ਦੇ ਤਰੀਕਿਆਂ ਤੇ ਨਿਸ਼ਾਨੇ ਕੱਸ ਚੁੱਕੇ ਨੇ